ਸ਼ਸ਼ੀਕਾ ਮਨਰਿੰਦਰ ਸਿੰਘ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਾਡੇ YouTube ਚੈਨਲ ਗਿੱਲ ਸਮਾਰਟ ਸਟੱਡੀ ਤੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਇਸ ਜਿਹੜੇ ਚੈਨਲ ਦੇ ਉੱਤੇ ਜੀ ਸਪੈਸ਼ਲ ਤਾਂ ਵੈਸੇ ਤਾਂ ਜਿਹੜੇ ਟੌਪਿਕ ਸਾਡੇ ਆ ਰਹੇ ਨੇ HCL ਤੇ LCM ਹੈ ਵੈਸਾ ਬੇਸਿਕ ਟੈਸਟ ਦੇ ਵਿੱਚ ਆਉਂਦਾ, ਹਰ ਇੱਕ ਟੈਸਟ ਦੇ ਵਿੱਚ ਇਹਦਾ ਸਵਾਲ ਆਉਂਦਾ ਹੈ। ਪਰ ਜਿਹੜਾ ਸਾਡੀ ਜਿਹੜੀ ਮੇਨ ਕੋਸ਼ਿਸ਼ ਅਸੀਂ GD ਤੇ ਕਲਰਕੀ ਦੀ ਜਿਹੜੀ ਲੈ ਕੇ ਚੱਲੇ ਹੋਏ ਆ, ਆਰਮੀ ਦਾ ਪੇਪਰ ਨੇੜੇ ਆ ਰਿਹਾ, ਇਸ ਕਰਕੇ ਸਾਡੀ ਕੋਸ਼ਿਸ਼ ਆ ਜੋ ਉਹ ਲੈ ਕੇ ਚੱਲੇ ਹੋਏ ਆ। ਤੇ ਹੁਣ ਆਪਾਂ ਇਸ ਦੇ ਉੱਪਰ ਪਹਿਲਾਂ ਦੋ ਵੀਡੀਓ ਆ ਚੁੱਕੀਆਂ ਨੇ, ਅੱਜ ਆਪਾਂ ਹੁਣ ਲਾਸਟ ਵੀਡੀਓ ਲੈ ਕੇ ਆ ਰਹੇ ਆ, ਤਾਂ ਜੋ ਜਿੱਦਾਂ ਦੇ ਉਸ ਪੇਪਰ ਦੇ ਵਿੱਚ ਸਵਾਲ ਪੁੱਛੇ ਜਾ ਰਹੇ ਨੇ ਉਸ ਨਾਲ ਸਵਾਲਾਂ ਨੂੰ ਸੋਲਵ ਕਰਕੇ ਆਪਾਂ ਕੀ ਹੈ ਜੀ ਲੈ ਕੇ ਆ ਰਹੇ ਆ। ਤਾਂ ਹੁਣ ਕੀ ਪੁੱਛਦਾ ਉਹ, ਕਹਿੰਦਾ ਤਿੰਨ ਬੱਤੀਆਂ ਨੇ ਸਵਾਲ ਉਹਨੇ ਪੁੱਛ ਲਿਆ, ਆਪਾਂ ਬਿਨਾਂ ਕਾਪੀ ਪੈਨ ਤੋਂ ਸੋਲਵ ਕਰਨਾ। ਤਿੰਨ ਬੱਤੀਆਂ ਨੇ, ਕਿਸੇ ਆਪਾਂ ਟ੍ਰੈਫਿਕ ਰੂਲ ਤੇ ਖੜੇ, ਕਿਤੇ ਵੀ ਖੜੇ ਆ, ਕਿਤੇ ਵੀ ਆਪਾਂ ਖੜੇ ਆ, ਕਹਿੰਦਾ ਤਿੰਨ ਬੱਤੀਆਂ ਨੇ, ਇੱਕ ਬੱਤੀ ਦਾ ਕੀ ਆ, 3 ਸੈਕਿੰਡ ਬਾਅਦ ਜਗਦੀ ਆ, ਇੱਕ ਕੀ ਆ ਜੀ 6 ਸੈਕਿੰਡ ਬਾਅਦ, ਇੱਕ ਕੀ ਆ ਜੀ 9 ਸੈਕਿੰਡ ਬਾਅਦ। ਤੇ ਉਹਨੇ ਸਵਾਲ ਪੁੱਛ ਲਿਆ ਵੀ ਇਕੱਠੀਆਂ ਕਿੰਨੇ ਸੈਕਿੰਡ ਬਾਅਦ ਜਗਣਗੀਆਂ, ਇਕੱਠੀਆਂ ਉਹ ਵੀਡੀਓ ਕਿੰਨੇ ਸੈਕਿੰਡ ਬਾਅਦ ਜਗਦੀਆਂ ਨੇ। ਤਾਂ ਆਪਾਂ ਨੇ ਕੀ ਕਰਨਾ ਹੁੰਦਾ ਉੱਥੇ, ਠੀਕ ਹੈ ਜੀ, ਆਪਾਂ ਨੇ ਕੀ ਕਰਨਾ ਹੁੰਦਾ, ਆਪਾਂ ਇਹੋ ਜਿਹੇ ਸਵਾਲਾਂ ਦੇ ਵਿੱਚ ਕੀ ਕੱਢ ਦੋ, ਐਲਸੀਅਮ ਕੱਢ ਦੋ। ਇਹੋ ਜਿਹੇ ਸਵਾਲਾਂ ਦੇ ਵਿੱਚ ਕੀ ਕੱਢ ਦੋ, ਐਲਸੀਅਮ ਕੱਢ ਦੋ। ਇਹਨਾਂ ਤਿੰਨਾਂ ਦੇ ਕੀ ਕੱਢ ਦੋ ਜੀ, ਐਲਸੀਅਮ ਕੱਢ ਦੋ। ਇਹਨਾਂ ਤਿੰਨਾਂ ਦਾ ਐਲਸੀਅਮ ਕਿੰਨਾ ਆਜੂਗਾ, 3 ਆ ਗਿਆ, ਉਰੋਂ 3 × 2 = 6, ਜਿੱਥੇ 9, ਐਲਸੀਅਮ ਤੁਹਾਨੂੰ ਕੱਢਣੇ ਸਿਖਾਇਆ, ਐਲਸੀਅਮ ਕਿੰਨਾ ਆਜੂਗਾ 18। ਤਾਂ ਇਹੋ ਜਿਹਾ ਜਿਹੜਾ ਸਵਾਲ ਪੁੱਛਦਾ ਹੈ ਵੀ ਮਤਲਬ ਕਿ ਕੁਛ ਵੀ ਆ, 3 ਬੱਤੀਆਂ ਕਹਿ ਰਹੇ ਆ, ਕੁਛ ਵੀ ਕਹਿ ਲਓ ਹਨਾ, 3 ਕਾਰਾਂ ਕਹਿ ਰਹੇ ਵੀ ਚੱਲ ਰਹੀਆਂ ਨੇ, ਇੰਨੀ ਜ਼ੋਰ ਤੇ ਵੀ ਇਕੱਠੀਆਂ ਕਦੋਂ ਹੋਣਗੀਆਂ, ਕਿੰਨੇ ਟਾਈਮ ਬਾਅਦ ਇਕੱਠੀਆਂ ਹੋਣਗੀਆਂ, ਇਹਦੇ ਵਿੱਚ ਪੁੱਛ ਲਓ ਨਾ ਕਿੰਨੇ ਟਾਈਮ ਬਾਅਦ ਇਕੱਠੀਆਂ ਜਾਗ ਰਹੀਆਂ ਨੇ, ਤਾਂ ਕਿੰਨੇ ਵਿੱਚ ਟਾਈਮ ਬਾਅਦ ਇਕੱਠੀਆਂ ਜਗਣਗੀਆਂ ਜੇ ਉਹ 18 ਸੈਕਿੰਡ ਬਾਅਦ। ਉਹਨਾਂ ਦੀ ਗੱਲ ਤੋਂ ਤੁਸੀਂ ਐਲਸੀਅਮ ਕੱਢ ਦਿਓ ਤੇ ਉਸੇ ਯੂਨਿਟ ਦੇ ਵਿੱਚ ਆਨਸਰ ਦੇਣਾ। ਜੇ ਮਿੰਟ ਪੁੱਛਿਆ ਤਾਂ ਮਿੰਟ ਆਊਗਾ, ਸੈਕਿੰਡ ਪੁੱਛਿਆ ਤਾਂ ਸੈਕਿੰਡ ਆਊ, ਘੰਟੇ ਪੁੱਛਿਆ ਤਾਂ ਘੰਟੇ ਆਊਗਾ, ਠੀਕ ਹੈ। ਤੇ ਇਹ ਇੱਕ ਤਾਂ ਇਦਾਂ ਦੇ ਸਵਾਲ ਪੁੱਛਦਾ, ਤੇ ਇਸ ਤੋਂ ਬਾਅਦ ਜਿਹੜਾ ਪੇਪਰ ਦੇ ਵਿੱਚ ਉਹ ਸਵਾਲ ਪੁੱਛਦਾ। ਤਾਂ ਹੁਣ ਕਈ ਵਾਰੀ ਕੀ ਹੁੰਦਾ, ਜੇ ਆਪਾਂ ਨੇ ਇੱਕ HCM ਕੱਢਣ ਦਾ ਇੱਕ ਤਰੀਕਾ ਆਪਾਂ ਹੋਰ ਦੇਖਦੇ ਹਾਂ। ਹੁਣ ਮੈਂ ਦੋ ਜਿਹੜੇ ਤੁਹਾਡੇ ਸਾਹਮਣੇ ਸਵਾਲ ਲੈ ਕੇ ਆਉਣਾ, ਉਹਨਾਂ ਦਾ ਆਪਾਂ HCM ਕੱਢਣਾ ਹੈ। ਇੱਕ ਤਾਂ 40 ਤੇ 50, ਇੱਕ ਤਾਂ ਇਹ ਵਾਲਾ ਸਵਾਲ ਹੈ, ਇੱਕ 306 ਤੇ 391, ਦੋ ਸਵਾਲ ਨੇ ਜੀ, ਕਿਵੇਂ ਹੱਲ ਕਰਨੇ? ਆਪਾਂ ਕੀ ਕੱਢੋ, ਇਹਨਾਂ ਦਾ ਡਿਫਰੈਂਸ ਕੱਢ ਲਓ, ਇਹਨਾਂ ਦਾ ਡਿਫਰੈਂਸ ਕਿੰਨੇ ਦਾ ਹੈਗਾ, 10 ਦਾ, ਠੀਕ ਹੈ ਜੀ, ਡਿਫਰੈਂਸ ਕਿੰਨੇ ਦਾ ਹੈਗਾ 10 ਦਾ। ਹੁਣ ਇਹ ਦੇਖੋ ਵੀ 10 ਦੇ ਪਹਾੜੇ ਤੇ ਇਹ ਡਿਵਾਈਡ ਹੋ ਰਿਹਾ ਨਾ, ਇੱਕ ਵਾਰੀ ਮਾਈਂਡ ਦੇ ਵਿੱਚ ਲੈ ਕੇ ਚੱਲੋ ਵੀ ਇਹਨਾਂ ਦਾ ਜਿਹੜਾ ਉਹ ਹੈਗਾ 10 ਹੈ, ਲੈ ਕੇ ਚੱਲੋ, ਠੀਕ ਹੈ। ਤਾਂ ਦੇਖੋ 10 ਚੌਕਾ 40, 10 5 50 ਹੋ ਰਿਹਾ ਨਾ 10 ਦੇ ਪਹਾੜੇ ਤੇ ਡਿਵਾਈਡ। ਇਹ ਇੱਥੇ ਜਿਹੜਾ ਇਹਨਾਂ ਦਾ ਕੀ ਹੈ, ਇਹਨਾਂ ਦਾ ਜਿਹੜਾ ਇਹ ਦੋਵੇਂ ਕੀ ਹੋਣੇ ਚਾਹੀਦੇ ਨੇ, ਕੋ ਪ੍ਰਾਈਮ ਹੋਣੇ ਚਾਹੀਦੇ ਨੇ। ਜੇ ਇਹ ਦੋਵੇਂ ਕੋ ਪ੍ਰਾਈਮ ਹੈ ਤਾਂ ਆਪਣਾ ਆਨਸਰ ਕਿੰਨਾ ਆ ਗਿਆ ਜੀ, 10 ਆ ਗਿਆ। ਇੱਕ ਵਾਰੀ ਇਹਨਾਂ ਦਾ ਡਿਫਰੈਂਸ ਕਰ ਲਓ ਆਪਸ ਦੇ ਵਿੱਚ, ਡਿਫਰੈਂਸ ਕਰਕੇ ਕਿੰਨਾ ਕਿ 10 ਆ ਗਿਆ। ਜਿਹੜੇ ਬਾਕੀ ਬਚ ਗਏ ਇਹਨੂੰ ਕਿਵੇਂ ਬਣਾਵਾਂਗੇ, 10 × 4, ਇਹਨੂੰ ਕਿਵੇਂ ਬਣਾਵਾਂਗੇ, 10 × 5, ਤੇ ਡਿਫਰੈਂਸ ਕਿੰਨੇ ਦਾ ਆ ਗਿਆ ਜੀ, 1 ਦਾ। ਤਾਂ HCM ਕਿੰਨਾ ਆ ਗਿਆ ਆਪਣੇ ਕੋਲੇ, 10 ਆ ਗਿਆ। ਤਾਂ ਹੁਣ ਉਰੇ ਉਰੇ ਜਿਹੜਾ ਇਹਨਾਂ ਦੇ ਵਿੱਚ ਡਿਫਰੈਂਸ ਕਿੰਨੇ ਦਾ ਆ ਰਿਹਾ ਜੀ, 85 ਦਾ। ਹੁਣ ਇੱਕ ਗੱਲ ਹੋਰ ਵੀ ਹੈ, ਇਹ ਦੋ ਵੀ 85 ਦੇ ਪਹਾੜੇ 'ਚ ਜਾਂਦੇ ਨੇ, ਕਿਉਂਕਿ 85 ਦੇ ਪਹਾੜੇ 'ਚ ਜਾਣ ਦੀ ਜ਼ਿਆਦਾ, ਹੁਣ ਪਿੱਛੇ ਕਿੰਨਾ ਗਿਆ, 5 ਆ ਗਿਆ, ਜ਼ਿਆਦਾ ਪਿੱਛੇ 0 ਚਾਹੀਦੇ, ਜਾਂ ਦੋਵਾਂ ਨੂੰ ਪਿੱਛੇ ਕੀ ਚਾਹੀਦਾ ਜੀ, 5 ਚਾਹੀਦਾ, ਜਦੋਂ ਕਿ ਦੋਵੇਂ ਹੀ ਜਾ ਨਹੀਂ ਰਹੇ। ਤਾਂ ਫਿਰ ਹੋਰ ਕੀ ਕਰੋ, 85 ਦੇ ਫੈਕਟਰ ਬਣਾ ਲਓ। 85 ਦੇ ਫੈਕਟਰ ਕਿਹੜੇ ਕਿਹੜੇ ਬਣਨਗੇ, 1 × 17 × 5। ਹੁਣ ਇੱਕ ਚੀਜ਼ ਹੋਰ ਦੇਖੋ, 5 ਤੇ ਇਹ ਵੀ 5 ਤੇ ਤਾਂ ਜਾ ਹੀ ਨਹੀਂ ਰਹੇ, 5 ਤੇ ਜਾ ਨਹੀਂ ਰਹੇ ਨਾ, 5 ਤੇ ਕਿਉਂ ਨਹੀਂ ਜਾ ਰਹੇ, 5 ਤੇ ਕਿਉਂ ਨਹੀਂ ਜਾ ਰਹੇ, 5 ਤੇ ਇਹ ਤਾਂ ਨਹੀਂ ਜਾ ਰਹੇ ਕਿਉਂਕਿ ਪਿੱਛੇ 5 ਚਾਹੀਦੇ ਜਾਂ 0 ਚਾਹੀਦਾ, ਆ ਵੀ ਨਹੀਂ ਹੋ ਸਕਦਾ, 85 ਵੀ ਹੈ ਨਹੀਂ ਇਹਦਾ, ਆ ਵੀ ਨਹੀਂ ਹੈਗਾ। ਹੁਣ ਇੱਕ ਤਾਂ ਹੋਊਗੀ ਜੇ ਕੁਝ ਹੋਰ ਨਾ, ਪਹਿਲਾਂ ਆਪਾਂ 17 ਚੈੱਕ ਕਰੋ, 17 ਕਿਵੇਂ ਚੈੱਕ ਕਰਾਂਗੇ, ਤਾਂ ਹੁਣ 17 ਦੇ ਚੈੱਕ ਕਰਨ ਲਈ ਕੀ ਹੈ, ਹੋ ਸਕਦਾ ਦੋਵੇਂ 17 ਦੇ ਜਾਂਦੇ ਹੋਣ, ਕਿਉਂਕਿ 7 ਦੇ ਜਿਹੜੇ ਯੂਨਿਟ ਡਿਜਿਟ ਹੈ ਇੱਕ ਵੀ ਹੁੰਦਾ, 7 21, 8 × 7 56 ਪਿੱਛੇ ਹੋ ਗਿਆ ਹੁੰਦਾ, ਤਾਂ ਇਹਦਾ ਜਿਹੜਾ ਕਿੰਨਾ ਗਿਆ ਜੀ, 17 × 18, ਮਾੜਾ ਜਿਹਾ ਆਨਸਰ ਦੇ ਲਵੇ ਆਪਾਂ ਜਾ ਸਕਦੇ ਹਾਂ, ਇਹਦਾ ਕਿੰਨਾ ਗਿਆ, 17 × 23। ਹਾਂਜੀ, ਦੋਵੇਂ ਕੀ ਜੀ, 17 ਦੇ ਪਹਾੜੇ ਚ ਜਾ ਰਹੇ ਨੇ। ਤੇ ਇਹਨਾਂ ਦੋਵਾਂ ਦੀ ਜੇ ਮੈਂ ਗੱਲ ਕਰਦਾ, ਇਹਨਾਂ ਦੋਵਾਂ ਦੀ ਯੂਨਿਟ ਡਿਜਿਟ ਕੀ ਆ, ਆਪਣਾ ਹੈ ਵੀ ਦੋਵੇਂ ਕੀ ਨੇ ਕੋ ਪ੍ਰਾਈਮ ਨੇ, ਤਾਂ ਕੀ ਹੈਗਾ ਜੀ, 17। ਤਾਂ ਇਹਨਾਂ ਦਾ ਜਿਹੜਾ HCF ਕਿੰਨਾ ਗਿਆ ਜੀ, 17।
ਇਹ ਹੁੰਦਾ ਜੀ ਆਪਣੇ ਕੋਲ ਇੱਕ ਮੈਥਡ ਇਹ ਹੁੰਦਾ ਇੱਕ ਲੌਂਗ ਡਿਵੀਜ਼ਨ ਵਾਲਾ ਮੈਥਡ ਵੀ ਹੁੰਦਾ ਸ਼ੇਪ ਕੱਢਣ ਦਾ ਬਟ ਉਹ ਟਾਈਮ ਵਾਲਾ ਲੈ ਜਾਂਦਾ ਆਪਾਂ ਉਹਦੇ ਨਾਲ ਆਪਾਂ ਉਹਦੇ ਮੁਤਾਬਕ ਨਹੀਂ ਚੱਲਣਾ ਉਹ ਟਾਈਮ ਬਹੁਤ ਜ਼ਿਆਦਾ ਟਾਈਮ ਲੈ ਜਾਂਦਾ ਉਹ ਤਾਂ ਠੀਕ ਹੈ ਜੀ ਇਦਾਂ ਇਹ ਵਾਲਾ ਆਪ ਕੀ ਹੈ ਜੀ ਆਪਣੇ ਕੋਲੇ ਆ ਜਾਊਗਾ ਠੀਕ ਹੈ ਜੀ ਇੱਕ ਹੁੰਦਾ ਜੀ ਇਹ ਵਾਲਾ ਮੈਥਡ ਸਮਝ ਗਏ ਰਿਪੀਟ ਕਰਦੇ ਆ ਇਹਨਾਂ ਦੋਵਾਂ ਦਾ ਕੀ ਕਰ ਲੈਣਾ ਉਸ ਦੇ ਵਿੱਚ ਡਿਫਰੈਂਸ ਕਰ ਲੈਣਾ ਡਿਫਰੈਂਸ ਕਰਕੇ ਦੇਖਣਾ ਵੀ ਉਹ ਪਹਾੜੇ ਦੇ ਉੱਪਰ ਜਾ ਰਿਹਾ ਜਾਂ ਨਹੀਂ ਜਾ ਰਿਹਾ ਜੇ ਜਾ ਰਿਹਾ ਤਾਂ ਦੇਖ ਲਓ ਫੈਕਟਰ ਬਣਾ ਲਓ ਫੈਕਟਰ ਬਣਾ ਕੇ ਇਹਦੋਂ ਬਾਅਦ ਜਿਹੜੇ ਬਚ ਗਏ 4 ਬਚ ਗਏ ਤੇ 5 ਬਚ ਗਿਆ ਇਹ 4 ਤੇ 5 ਜੇ ਆਪਸ ਦੇ ਵਿੱਚ ਕੋ ਪ੍ਰਾਈਮ ਨੇ ਮਤਲਬ ਇਹਨਾਂ ਦਾ ਜਿਹੜਾ ਤੁਹਾਨੂੰ ਦੱਸਿਆ ਵੀ ਕੋ ਪ੍ਰਾਈਮ ਕੀ ਹੁੰਦੇ ਆ ਕੱਲ ਦੱਸਿਆ ਸੀਗਾ ਵੀ ਐਚਸੀਐਫ ਕਿੰਨਾ ਹੁੰਦਾ 1 ਹੁੰਦਾ ਠੀਕ ਹੈ ਜੀ ਤਾਂ ਇਹਨਾਂ ਦੋਵਾਂ ਦਾ ਐਚਸੀਐਫ ਕਿੰਨਾ ਰਿਹਾ 1 ਆ ਰਿਹਾ ਜੇ ਨਹੀਂ 1 ਆ ਰਿਹਾ ਤਾਂ ਆਪਾਂ ਇਹਨੂੰ ਅੱਗੇ ਹੋਰ ਫੈਕਟਰ ਵਿੱਚ ਤੋੜ ਕੇ ਇੱਥੇ ਮਲਟੀਪਲਾਈ ਕਰ ਦਿੰਦੇ ਹੁਣ ਇਹ ਦੇਖੋ ਇਹਨਾਂ ਦੋਵਾਂ ਦਾ ਜਿਹੜਾ ਡਿਫਰੈਂਸ ਕਿੰਨਾ ਰਿਹਾ 85 ਆ ਰਿਹਾ ਦੋਵੇਂ 85 ਦੇ ਪਹਾੜੇ ਚ ਨਹੀਂ ਜਾਂਦੇ ਫਿਰ ਆਪਾਂ ਕੀ ਕੀਤਾ 85 ਦੇ ਫੈਕਟਰ ਬਣਾ ਲਏ 17 ਤੇ 5 ਬਣ ਗਏ ਇੱਕ ਇੱਕ ਬਣ ਗਿਆ 5 ਨਹੀਂ ਜਾ ਰਿਹਾ ਕਿ ਇਹ ਤੋਂ ਬਾਅਦ 17 ਤੇ ਵਗ ਗਿਆ ਠੀਕ ਹੈ ਜੀ ਇਦਾਂ ਹੀ ਵਾਲਾ ਮੈਥਡ ਹੋ ਗਿਆ ਐਚਸੀਐਫ ਕੱਢਣ ਦਾ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਇਹ ਤਾਂ ਸੀਗੇ ਸਿੰਪਲ ਸਵਾਲ ਹੁਣ ਜਿਹੜੇ ਸਵਾਲ ਦੀ ਮੈਂ ਗੱਲ ਕਰਦਾ ਵੀ ਪੇਪਰ ਦੇ ਵਿੱਚ ਪੁੱਛ ਲੈਂਦੇ ਹੁੰਦੇ ਨੇ ਉਹ ਡਰਿਆ ਨਾ ਕਰੋ ਹੁਣ ਉਹ ਕੀ ਕਰਦੇ ਆ ਬਟਿਆਂ ਵਾਲੇ ਸਵਾਲ ਪੁੱਛ ਲੈਂਦੇ ਨੇ ਹਨਾ 24/10 24/10 16/15 32/35 48/25 16/15 32/35 48/25 ਇਹ ਵਾਲਾ ਸਵਾਲ ਹੁੰਦਾ ਹੁਣ ਆਪਾਂ ਨੇ ਜਦੋਂ ਵੱਡਿਆਂ ਦੇ ਵਿੱਚ ਤੁਸੀਂ ਇੱਕ ਗੱਲ ਚੇਤੇ ਰੱਖਣੀ ਆ ਇਹਦੇ ਵਿੱਚ ਉਹਨੇ ਤੁਹਾਨੂੰ ਪੁੱਛਿਆ ਵੀ ਐਲਸੀਐਮ ਤੇ ਐਚਸੀਐਫ ਦੋਵੇਂ ਚੀਜ਼ਾਂ ਪਤਾ ਕਰੋ ਤੁਸੀਂ ਕੀ ਕਰਨਾ ਹੁੰਦਾ ਜਦੋਂ ਐਲਸੀਐਮ ਕਰਨਾ ਹੁੰਦਾ ਛੋਟੀ ਜਿਹੀ ਗੱਲ ਆ ਉਲਝਣਾ ਵੀ ਨਹੀਂ ਹੈਗਾ ਕਰਨਾ ਵੀ ਕੁਝ ਨਹੀਂ ਜਦੋਂ ਐਲਸੀਐਮ ਕਰਨਾ ਇਹ ਵਾਲੀ ਚੀਜ਼ਾਂ ਦਾ ਐਲਸੀਐਮ ਕਰਨ ਵੇਲੇ ਕੀ ਕਰਨਾ ਉੱਪਰਲੇ ਦਾ ਕੀ ਹੁੰਦਾ ਜਿਹੜੇ ਉੱਪਰਲੇ ਹੁੰਦੇ ਨੇ ਆਹ ਵਾਲੇ ਉੱਪਰਲੇ ਹੁੰਦੇ ਨੇ ਉੱਪਰਲੇ ਦਾ ਐਲਸੀਐਮ ਕਰ ਦੋ ਨੀਚੇ ਵਾਲੇ ਕੀ ਕਰ ਦੋ ਐਚਸੀਐਫ ਕਰ ਦੋ ਤੇ ਜਦੋਂ ਆਪਾਂ ਨੇ ਐਚਸੀਐਫ ਕਰਨਾ ਹੈਗਾ ਉੱਪਰਲੇ ਦਾ ਐਚਸੀਐਫ ਕਰ ਦੋ ਨੀਚੇ ਦਾ ਕੀ ਕਰ ਦੋ ਤੁਸੀਂ ਐਲਸੀਐਮ ਕਰ ਦੋ ਸਮਝ ਗਏ ਮਤਲਬ ਜਦੋਂ ਐਚਸੀਐਫ ਕਰਨਾ ਤਾਂ ਉੱਪਰਲੇ ਦਾ ਐਚਸੀਐਫ ਕਰ ਦੋ ਐਲਸੀਐਮ ਕਰਨਾ ਤਾਂ ਉੱਪਰਲੇ ਦਾ ਐਲਸੀਐਮ ਕਰ ਦੋ ਹੁਣ ਆਪਾਂ ਇਹ ਵਾਲੇ ਸਵਾਲ 'ਚ ਕੀ ਕਰਨਾ ਐਲਸੀਐਮ ਤੇ ਐਚਸੀਐਫ ਪਹਿਲਾਂ ਆਪਾਂ ਕੱਢਣਾ ਐਲਸੀਐਮ ਕੱਢਣਾ ਐਲਸੀਐਮ ਕੱਢਾਂਗੇ ਉੱਪਰਲੇ ਦਾ 24 16 32 ਤੇ 48 ਦਾ ਆਪਾਂ ਕੱਢਾਂਗੇ ਹੁਣ ਦੇਖੋ ਇਹਨਾਂ ਦੇ ਵਿੱਚੋਂ 8 ਕਾਮਨ ਆ ਰਿਹਾ ਇੱਕ ਤਾਂ ਪਹਿਲਾਂ 8 ਐਲਸੀਐਮ ਕੱਢਣਾ ਸੀ ਉੱਪਰਲੇ ਦਾ ਐਲਸੀਐਮ ਕੱਢ ਰਿਹਾ ਮੈਂ 8 ਆ ਗਿਆ ਜੀ ਤਾਂ ਜਦੋਂ ਉਹਨੇ ਗੱਲ ਕਰੂੰ 8 ਤੀਆ 24 8 ਦੂਣੀ 16 8 ਚੌਕਾ 32 8 ਛੀਕਾ 48 ਠੀਕ ਹੈ ਜੀ ਤੇ 8 ਤੀਆ 24 24 ਗੁਣਾ 48 ਤਾਂ 48 ਗੁਣਾ 24 48 ਗੁਣਾ 24 ਨੂੰ ਆਪਾਂ ਕੀ ਕਰਾਂਗੇ ਜੀ ਹੱਲ ਕਰਾਂਗੇ ਜਦੋਂ ਮੈਂ 48 ਗੁਣਾ 24 ਕਰੂੰਗਾ ਤਾਂ ਮੇਰੇ ਕੋਲ ਕਿੰਨਾ ਆਜੂ ਜੀ 672 ਆਜੂ ਠੀਕ ਹੈ ਜੀ ਹੁਣ ਮੈਂ ਕੀ ਆਖਿਆ ਜੇ ਨੀਚਲੇ ਦਾ ਕੀ ਕਰਨਾ ਹੈਗਾ ਆਪਾਂ ਨੇ ਐਚਸੀਐਫ ਕਰਨਾ ਹੁਣ ਨੀਚਲੇ ਦਾ ਐਚਸੀਐਫ ਸਭ ਨੂੰ ਸਾਫ਼ ਦਿਖੀ ਜਾਂਦਾ ਨੀਚਲੇ ਦਾ ਐਚਸੀਐਫ ਕਿੰਨਾ ਹੋਊਗਾ ਕਿਉਂ 5 ਦੂਣੀ 10 5 ਦੀ 15 5 7 35 5 5 25 ਤਾਂ ਕਿੰਨਾ ਆ ਗਿਆ ਜੀ 5 ਆ ਗਿਆ ਤਾਂ ਹੁਣ ਇਹਦਾ ਕੀ ਆ ਗਿਆ ਜੀ 672 ਆ ਗਿਆ ਸੀਗਾ ਵਟਾ 5 672/5 ਕੀ ਆ ਗਿਆ ਜੀ ਆਨਸਰ ਆ ਗਿਆ ਹੁਣ ਆਪਾਂ ਨੇ ਕੀ ਕਰਨਾ ਆਪਾਂ ਨੇ ਕੀ ਕਰਨਾ ਜਦੋਂ ਆਪਾਂ ਐਚਸੀਐਫ ਕੱਢਣਾ ਉੱਪਰਲੇ ਦਾ ਐਚਸੀਐਫ 24 16 32 ਤੇ 48 ਦਾ ਐਚਸੀਐਫ ਛਾਪ ਦੇ ਗਿਆ ਨਾ ਕਿੰਨਾ ਰਿਹਾ ਸੀ ਆਪਾਂ ਮੈਂ ਕੱਢ ਕੇ ਦੇ 8 ਆ ਰਿਹਾ ਨੀਚਲਾ ਦੇ ਕਰਨਾ ਪਹਿਲੇ ਐਲਸੀਐਮ ਨੀਚਲਾ ਦੇ ਐਲਸੀਐਮ ਕਰਾਂਗੇ ਇੱਕ ਤਾਂ ਕਾਮਨ ਕੀ ਰਿਹਾ ਸੀਗਾ 5 ਆ ਰਿਹਾ ਸੀਗਾ 5 ਉਹਨੂੰ ਤਾਂ ਗੁਣਾ 2 ਕਰਾਂਗੇ ਉੱਥੋਂ 5 3 15 ਕਰਾਂਗੇ ਉੱਥੋਂ 5 7 35 ਕਰਾਂਗੇ ਉੱਥੋਂ 5 5 25 ਕਰਾਂਗੇ 5 2 10 7 21 21 5 105 10 ਗੁਣਾ 105 ਤਾਂ ਪਿੱਛੇ ਕੀ ਲੱਗ ਜੂ 0 1050 ਠੀਕ ਹੈ ਜੀ ਜਿਹੜੇ ਵੱਟੇ ਵਾਲੇ ਹੁੰਦੇ ਨੇ ਉਹਨਾਂ ਦਾ ਆਪਾਂ ਕੀ ਕਰਨਾ ਹੁੰਦਾ ਇਦਾਂ ਸੋਲਵ ਕਰਨਾ ਦਾ ਐਲਸੀਐਮ ਤੇ ਐਚਸੀਐਮ ਵੱਟਿਆਂ ਵਾਲਿਆਂ ਦਾ ਪੁੱਛ ਲੈਂਦਾ ਪੇਪਰ ਦੇ ਵਿੱਚ ਕੁਝ ਨਹੀਂ ਕਰਨਾ ਐਲਸੀਐਮ ਜੇ ਐਲਸੀਐਮ ਪੁੱਛ ਰਿਹਾ ਤਾਂ ਜਿਹੜੇ ਅੰਸ਼ ਵਟਾ ਹਰ ਹੁੰਦਾ ਨਾ ਪੰਜਾਬੀ ਦੇ ਵਿੱਚ ਗੱਲ ਕਰੀਏ ਅੰਸ਼ ਵਟਾ ਹਰ ਹੁੰਦਾ ਜਦੋਂ ਆਪਾਂ ਨੇ ਐਲਸੀਐਮ ਕੱਢਣਾ ਅੰਸ਼ ਵਾਲਿਆਂ ਦਾ ਐਲਸੀਐਮ ਕਰਨਾ ਹਾਰ ਵਾਲਿਆਂ ਦਾ ਐਚਸੀਐਫ ਕੱਢਣਾ ਜਦੋਂ ਐਚਸੀਐਫ ਕੱਢਣਾ ਅੰਸ਼ ਵਾਲਿਆਂ ਦਾ ਐਚਸੀਐਫ ਕੱਢਣਾ ਹਾਰ ਵਾਲਿਆਂ ਦਾ ਐਲਸੀਐਮ ਕੱਢਣਾ ਯਾਦ ਰੱਖਣ ਦਾ ਕੀ ਤਰੀਕਾ
ਜਦੋਂ ਆਪਾਂ ਐਕਸੀਅਮ ਕੱਢਣਾ ਉੱਪਰ ਦਾ ਐਕਸੀਅਮ ਕਰ ਦੋ ਨੀਚੇ ਦਾ ਐਲਸੀਅਮ ਕਰ ਦੋ ਜਦੋਂ ਆਪਾਂ ਐਲਸੀਅਮ ਕੱਢਣਾ ਉੱਪਰ ਦਾ ਐਲਸੀਅਮ ਕਰ ਦੋ ਨੀਚੇ ਦਾ ਐਲਸੀਅਮ ਕਰ ਦੋ ਇਹ ਸੀਗਾ ਤੇ ਹੁਣ ਕਈ ਵੀ ਪੁਆਇੰਟਾਂ 'ਚ ਪੁੱਛ ਲੈਂਦਾ ਪੁਆਇੰਟਾਂ 'ਚ ਵੀ ਤਾਂ ਗੱਲ ਤਾਂ ਇਹੀ ਹੋਊਗੀ ਬਟ ਕੀ ਹੋਊਗਾ ਬਸ ਆਹ ਲਾਸਟ ਸਵਾਲ ਕਰਦੇ ਆਪਾਂ ਇਸ ਟੌਪਿਕ ਦਾ ਇਸ ਦੇ ਵਿੱਚ ਕੀ ਕਹਿੰਦਾ 0.8 8 × 1 × 2 × 0.36 8 × 36 12 × 10 12 × 10 36 100 ਠੀਕ ਹੈ ਜਦੋਂ ਆਪਾਂ ਇਹੋ ਜਿਹਾ ਕੰਮ ਕਰਨਾ ਹੁੰਦਾ ਨਾ ਜਦੋਂ ਮੈਂ ਇਹੋ ਜਿਹਾ ਕਰਨਾ ਬਸ ਕੀ ਕਰਨਾ ਤੁਸੀਂ ਸਵਾਲ ਤੇ ਖੁਦ ਹੱਲ ਕਰਨਾ ਠੀਕ ਹੈ ਜੀ ਇਸ ਸਵਾਲ ਦਾ ਜਿਹੜਾ ਆਨਸਰ ਹੈ ਤੁਸੀਂ ਖੁਦ ਦੇਣਾ ਕਮੈਂਟ ਬਾਕਸ ਦੇ ਵਿੱਚ ਦੇਣਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਰਨਾ ਕੀ ਹੈ ਜਦੋਂ ਇਹੋ ਜਿਹੇ ਸਵਾਲ ਦੇ ਵਿੱਚ ਆਪਾਂ ਨੇ ਕੀ ਕਰਨਾ ਹੁੰਦਾ ਸੋ ਮੈਂ ਰਕਮ ਬਣਾ ਕੇ ਦੇ ਦਿੰਦਾ ਜਿਵੇਂ ਪਿਛਲੀ ਆਪਾਂ ਕਹਿੰਦੀ ਹੈ 24/10 ਵਾਲੀ ਉਹ ਵਾਲੀ ਰਕਮ ਮੈਂ ਤੁਹਾਨੂੰ ਕੀ ਇੱਥੇ ਬਣਾ ਕੇ ਦੇ ਦਿੰਦਾ ਉਹ ਰਕਮ ਬਣੂਗੀ ਕਿਵੇਂ ਤਾਂ ਉਹ ਵਾਲੀ ਠੀਕ ਹੈ ਜੀ ਤਾਂ ਇਹ ਕੀ ਸੀਗਾ ਜੀ 36/100 12/10 ਤੇ ਆਪਾਂ ਨੇ ਕੀ ਕਰਨਾ ਬਸ ਨੀਚੇ ਨੂੰ ਬਰਾਬਰ ਰੱਖਣਾ ਯਾਰ ਕੀ ਕਰਨਾ ਉਰੇ ਵੀ ਵੱਡੀ ਬਣਾਉਣਾ ਉਰੇ 100 ਹੈ ਤਾਂ ਉਰੇ ਕੀ ਕਰਨਾ ਕਿ ਜਿਵੇਂ ਉਰੇ 10 ਬਣ ਉਹ ਤੋਂ ਪੁਆਇੰਟਾਂ 'ਚ ਹੋਰ ਟੁੱਟ ਜੂ ਤਾਂ ਉਰੇ 0 ਲਾਉਣੀ ਕੋ ਤਾਂ ਉੱਪਰ 0 ਉਰੇ 0 ਲਾਉਣੀ ਕੋ ਤਾਂ ਉੱਪਰ 0 ਇਹ ਦਾ ਜਿਹੜਾ ਤੁਸੀਂ ਆਨਸਰ ਹੈ ਜੀ ਕਮੈਂਟ ਬਾਕਸ ਦੇ ਵਿੱਚ ਦੇਣਾ ਤੇ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਜਿਹੜਾ ਚੈਨਲ ਹੈ ਜੀ ਸਪੈਸ਼ਲ ਜੀਡੀ ਲਈ ਹੈ ਤਾਂ ਜੀਡੀ ਨੂੰ ਤੱਕ ਭੇਜੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਜ ਦੇ ਲਈ ਇੰਨਾ ਹੀ ਧੰਨਵਾਦ